ਹਾਂਜੀ ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਿੱਚ ਮੈਂ ਵਿਟਾਮਿਨ ਵਗੈਰਾ ਦਿਖਾ ਰਿਹਾ ਸੀ ਵਿਟਾਮਿਨ ਡੀ3 ਵਿਟਾਮਿਨ ਕੇ2 ਹਨਾ ਫਿਸ਼ ਆਇਲ ਮਲਟੀ ਵਿਟਾਮਿਨ ਵਗੈਰਾ ਉਹ ਵੀਡੀਓ ਤੇ ਨਾ ਰਿਪੋਰਟ ਮਾਰੀ ਹੁਣ ਰਿਪੋਰਟ ਪਤਾਈਆ ਵੀ ਉਹ ਲੋਕਾਂ ਨੇ ਮਾਰੀ ਹੋਣੀ ਹੈ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਚੀਜ਼ਾਂ ਕੀ ਨੇ ਤੇ ਕਿਉਂ ਆਪਣੀ ਬੋਡੀ ਲਈ ਜ਼ਰੂਰੀ ਨੇ ਹਨਾ ਸੋ ਉਹ ਬੰਦਾ ਦਾ ਰਿਪੋਰਟ ਮਾਨ ਹੋ ਰਿਹਾ ਜਿਹੜਾ 5-7 ਸਾਲ ਤੋਂ ਜੈਮ ਲਾਉਂਦਾ ਜਿਹਨੂੰ ਪਤਾ ਵੀ ਇਹ ਕੀ ਚੀਜ਼ਾਂ ਨੇ ਵੀ ਕੀ ਬੋਡੀ ਲਈ ਇੰਨੀਆਂ ਜ਼ਿਆਦਾ ਜ਼ਰੂਰੀ ਨੇ ਹਨਾ ਆਪਣਾ ਰੀਅਲ ਫੂਡ ਤੋਂ ਪੂਰੀਆ ਕਰ ਸਕਦੇ ਆ ਬਟ ਸਪਲੀਮੈਂਟ ਵੀ ਦਾ ਵੀ ਕੋਈ ਸਾਈਡ ਜਿਹੜੇ ਬੰਦੇ ਪੁਰਾਣੇ ਜੰਮ ਲਾਉਂਦੇ ਨੇ ਨਵੇਂ ਲਈ ਤਾਂ ਕੈਪਸੂਲ ਨੇ ਕਿ ਗੋਲੀਆਂ ਨੇ ਉਹ ਦੇਖ ਕੇ ਡਰ ਜਾਂਦੇ ਨੇ ਪਤਾ ਨਹੀਂ ਇਹ ਕੀ ਆ ਹਨਾ ਕੀ ਬੋਡੀ ਲਈ ਕਿ ਕੀ ਕੰਮ ਕਰੂਗਾ ਹਨਾ ਉੱਥੇ ਤੁਹਾਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਆਪਣੀ ਬਾਡੀ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਉਹਦੀ ਰਿਕੁਆਇਰਮੈਂਟ ਕਿੱਥੋਂ ਪੂਰੀ ਕਰ ਰਹੇ ਹੋ ਭਾਵੇਂ ਕਿ ਪ੍ਰੋਟੀਨ ਦੇ ਡੱਬੇ ਤੋਂ ਕਰ ਰਹੇ ਹੋ ਜਾਂ ਚਿਕਨ ਤੋਂ ਕਰ ਰਹੇ ਹੋ ਜਾਂ ਐਗ ਤੋਂ ਕਰ ਰਹੇ ਹੋ ਹਨਾ ਐਂਡ ਆਫ ਦਾ ਡੇ ਉਹਨੂੰ ਸਿਰਫ ਇੰਨਾ ਹੁੰਦਾ ਕਿ ਉਹਦੀ ਰਿਕੁਆਇਰਮੈਂਟ ਪੂਰੀ ਹੋਣੀ ਚਾਹੀਦੀ ਆ ਜਿੱਦਾਂ ਹੁਣ ਤੁਸੀਂ ਇੱਥੇ ਬਾਹਲੀ ਕੰਟਰੀਆਂ 'ਚ 10 10 12-12 ਘੰਟੇ ਦੇ ਸ਼ਿਫਟਾਂ ਲਾਉਣੇ ਹੋ ਨਾ ਜਿੰਮ ਭਾਵੇਂ ਨਹੀਂ ਵੀ ਜਾਂਦੇ ਹੈਗੇ ਹਨਾ ਤੁਹਾਡੇ ਜਿਹੜੀ ਬਾਡੀ 'ਚ ਡੈਫਿਸੀਐਂਸੀ ਹੁੰਦੀ ਹੈ ਨਾ ਵਿਟਾਮਿਨ ਵਗੈਰਾ ਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਆਪਾਂ ਬਾਡੀ ਦੀ ਰ ਤੁਹਾਨੂੰ ਬਾਡੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਰੀਅਲ ਫੂਡ ਤੋਂ ਕਰ ਰਹੇ ਹੋ ਤਾਂ ਬਹੁਤ ਵਧੀਆ ਗੱਲ ਆ ਪਰ ਤੁਸੀਂ ਰੀਅਲ ਫੂਡ ਤੋਂ ਵੀ ਨਹੀਂ ਕਰ ਰਹੇ ਤਾਂ ਤੁਹਾਨੂੰ ਸਪਲੀਮੈਂਟ ਜ਼ਰੂਰ ਐਡ ਕਰਨੇ ਚਾਹੀਦੇ ਆ ਸਪਲੀਮੈਂਟ ਲੈਣ ਦਾ ਇਹ ਫਾਇਦਾ ਹੋ ਜਾਂਦਾ ਕਿ ਤੁਹਾਨੂੰ ਪਤਾ ਹੁੰਦਾ ਕਿ ਮੈਨੂੰ ਇੰਨੀ ਰਿਕੁਆਇਰਮੈਂਟ ਮੈਂ ਇੰਨੀ ਡੋਜ਼ ਲੈਣੀ ਹੈ ਦੀ ਹੈ ਨਾ ਜਿੱਦਾਂ ਇੱਕ ਨਾਰਮਲ ਬੰਦੇ ਕਾਫੀ ਜੌਬ ਕਰਦਾ ਹਨਾ ਉਹ ਕੋਈ ਐਕਟੀਵਿਟੀ ਨਹੀਂ ਹੈਗੀ ਐਨੀ ਹੈਨਾ ਜਿਮ ਵਗੈਰਾ ਵੀ ਨਹੀਂ ਜਾਂਦਾ ਉਹਦੀ ਰਿਕੁਆਇਰਮੈਂਟ ਰੀਅਲ ਫੂਡ ਤੋਂ ਰਾਹ ਨੂੰ ਪੂਰੀ ਹੋ ਜਾਂਦੀ ਹੈ ਜੇ ਤੁਸੀਂ ਹੁਣ ਐਨੀ ਲੰਬੀ ਲੰਬੀ ਸ਼ਿਫਟਾਂ ਕਰਦੇ ਹੋ ਜਿੰਮ ਵੀ ਜਾਂਦੇ ਹੋ ਘੰਟਾ ਜਿਹੜਾ ਘੰਟਾ ਉੱਥੇ ਲੋਹੇ ਨਾਲ ਮੱਥਾ ਮਾਰਦੇ ਹੋ ਨਾ ਤੁਹਾਡੀ ਰਿਕੁਆਇਰਮੈਂਟ ਇੱਕ ਨਾਰਮਲ ਬੰਦੇ ਨਾਲੋਂ ਡਬਲ ਤੋਂ ਟ੍ਰਿਪਲ ਹੋ ਜਾਂਦੀ ਹੈ ਉੱਥੇ ਤੁਹਾਨੂੰ ਸਪਲੀਮੈਂਟ ਐਡ ਕਰਨੇ ਪੈਣੇ ਹਨਾ ਕਿਉਂਕਿ ਤੁਹਾਡੀ ਰਿਕੁਆਇਰਮੈਂਟ ਬਾਡੀ ਲਈ ਡਬਲ ਤੋਂ ਟ੍ਰਿਪਲ ਆ ਸੋ ਐਂਡ ਆਫ ਦਾ ਡੇ ਉਹੀ ਆ ਕਿ ਬਾਡੀ ਲਈ ਉਹੀ ਆ ਵੀ ਜਿਹੜਾ ਉਹਦਾ ਰਿਕੁ ਹੈਗਾ ਵੀ ਤੂੰ ਸਪਲੀਮੈਂਟ ਲੈ ਰਹੇ ਹੋ ਜਾਂ ਰੀਅਲ ਫੂਡ ਖਾ ਰਹੇ ਹੋ ਹਨ ਜਾਂ ਤੂੰ ਡੱਬੇ ਖਾ ਰਹੇ ਹੋ ਚਿਕਨੇ ਖਾ ਰਹੇ ਹੋ ਜਾਂ ਅੱਗ ਖਾ ਰਹੇ ਹੋ ਹਨ ਉਹਦੀ ਕੈਲਰੀ ਪੂਰੀ ਹੋਣੀ ਚਾਹੀਦੀ ਆ ਸੋ ਇਦਾਂ ਆਪਣੀ ਨੌਲੇਜ ਥੋੜੀ ਗੇਨ ਕਰੋ ਰਿਪੋਰਟ ਮਾਰਨ ਤੋਂ ਪਹਿਲਾਂ ਥੋੜਾ ਜਿਹਾ ਪੜ ਲਿਖ ਲਿਆ ਕਰੋ ਵੀ ਹਾਂ ਵੀ ਕੀ ਚੀਜ਼ਾਂ ਨੇ ਕਿਦਾਂ ਕੰਮ ਕਰਦੀਆਂ ਥੈਂਕ ਯੂ